He's here. Are you sure? Don't worry, I'll get him. He's coming. We are ready. दौड़ेगा भागेगा बाबा ऑल सीजंस के लिए कुछ भी करेगा। आई एम अ मैन ऑफ ऑल सीजंस। ਜਿਨ੍ਹਾਂ ਤੋਂ ਸਾਨੂੰ ਇੱਕ ਇਨਪੁੱਟ ਮਿਲੀ ਸੀਗੀ ਕਿ ਜਿਹੜਾ ਪਿੰਡ ਨਰਵਾਣਾ ਹੈਗਾ ਉਹਦੇ ਵਿੱਚ ਕੁਛ ਆਪਣੇ ਗੈਂਗਸਟਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਫਿਰੌਤੀ ਦੀ ਡਿਮਾਂਡ ਆ ਰਹੀ ਹੈਗੀ ਹੈ। ਇਹ ਇਨਪੁੱਟ ਸਾਨੂੰ ਸੈਂਟਰਲ ਏਜੰਸੀ ਅਤੇ AGTF ਵੱਲੋਂ ਮਿਲੀ ਸੀਗੀ ਜਿਹਨੂੰ ਆਪਾਂ ਡਿਵੈਲਪ ਕਰਦਿਆਂ ਹੋਇਆ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਕੋਲੋਂ ਐਕਸਟੋਰਸ਼ਨ ਦੀ ਡਿਮਾਂਡ ਹੋ ਰਹੀ ਸੀਗੀ ਉਹਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਦੇ ਕੋਲੋਂ ਜਦੋਂ ਆਪਾਂ ਡਿਟੇਲਸ ਪ੍ਰਾਪਤ ਕੀਤੀਆਂ ਅਤੇ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੱਕ ਅਮਨਦੀਪ ਹੈਗਾ ਅਮਨਾ ਜਿਹੜਾ ਉੱਭੇ ਪਿੰਡ ਦਾ ਰਹਿਣ ਵਾਲਾ ਮਾਨਸੇ ਦਾ ਅਤੇ ਇੱਕ ਸੁੱਖਾ ਹੈਗਾ ਸੁਖਦੋਲ ਸਿੰਘ ਸੁੱਖਾ ਦੁਨੇਕੇ ਪਿੰਡ ਦਾ ਰਹਿਣ ਵਾਲਾ ਮੋਗੇ ਦਾ। ਇਹਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਲੋਕਾਂ ਕੋਲੋਂ ਫਿਰੌਤੀ ਦੀ ਡਿਮਾਂਡ ਕਰਦੇ ਹੈਗੇ ਨੇ। ਇਸ ਇਨਪੁੱਟ ਤੋਂ ਬਾਅਦ ਆਪਾਂ ਇਹਨਾਂ ਦੇ ਕੋਲੋਂ ਕੰਪਲੇਂਟ ਲੈ ਕਰਕੇ ਮੁਕੱਦਮਾ ਨੰਬਰ 29386 ਅਤੇ 120 BIPC ਦਾ ਸਦਰ ਬਠਿੰਡੇ ਦਰਜ ਕੀਤਾ ਸੀਗਾ ਔਰ ਉਹਦੇ ਵਿੱਚ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਸ ਘਰ ਦੀ ਕਿਸੇ ਨੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਗੈਂਗ ਦੇ ਮੈਂਬਰਾਂ ਵੱਲੋਂ ਰੈਕੀ ਵੀ ਕਰਾਈ ਸੀਗੀ। ਉਹਦੇ 'ਤੇ ਆਪਾਂ ਟੈਕਨੀਕਲੀ ਵਰਕਆਊਟ ਕਰਦਿਆਂ ਹੋਇਆ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ। ਇਹਨਾਂ ਦੀ ਡਿਟੇਲ ਹੈਗੀਆਂ ਨੇ ਪ੍ਰਦੀਪ ਸਿੰਘ ਉਰਫ ਟੱਕੀ ਰਹਿਣ ਵਾਲਾ ਹੈਗਾ ਨਰਵਾਣੇ ਪਿੰਡ ਦਾ। ਇਹਨੇ ਹੀ ਜਿਹੜਾ ਹੈਗਾ ਇਸ ਜਿਹੜਾ ਕੰਪਲੇਨੈਂਟ ਹੈਗਾ ਉਹਦੀ ਡਿਟੇਲ ਜਿਹੜੀ ਹੈਗੀ ਹੈ ਗੈਂਗਸਟਰ ਦੇ ਨਾਲ ਸਾਂਝੀ ਕੀਤੀ ਸੀਗੀ। ਇਸ ਤੋਂ ਇਲਾਵਾ ਤੇਗਵੀਰ ਸਿੰਘ ਉਰਫ ਤੇਗ ਇਹ ਰਹਿਣ ਵਾਲਾ ਹੈਗਾ ਪੁੱਚੋ ਮੰਡੀ ਬਠਿੰਡੇ ਦਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਅਮਰੀ ਇਹ ਰਹਿਣ ਵਾਲਾ ਹੈਗਾ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਦਾ। ਇਹਨਾਂ ਲੋਕਾਂ ਨੇ ਜਿਹੜਾ ਹੈਗਾ ਸਕੂਟੀ 'ਤੇ ਆ ਕਰਕੇ ਇਹਦੇ ਘਰ ਦੀ ਰੈਕੀ ਕੀਤੀ ਸੀਗੀ। ਇਹਨਾਂ ਤਿੰਨਾਂ ਬੰਦਿਆਂ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਇੱਕ 315 ਬੋਰ ਦਾ ਜਿਹੜਾ ਹੈਗਾ ਆਪਾਂ ਨੂੰ ਕੱਟਾ ਬਰਾਮਦ ਹੋਇਆ ਜਿਹਦੇ ਨਾਲ 3 ਲਾਈਵ ਕਾਰਟ੍ਰਿਜਸ ਹੈਗੀਆਂ ਨੇ। ਇੱਕ ਇੱਕ ਫੋਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਔਰ ਉਹਦੇ ਵਿੱਚੋਂ ਤੇਗਵੀਰ ਦੇ ਫੋਨ 'ਚੋਂ ਸਾਨੂੰ ਉਹ ਵੀਡੀਓ ਵੀ ਬਰਾਮਦ ਹੋ ਗਈ ਹੈ ਜਿਹੜੀ ਇਹਨਾਂ ਨੇ ਬਣਾ ਕਰਕੇ ਰੈਕੀ ਦੀ ਅਮਨੇ ਨੂੰ ਭੇਜੀ ਸੀਗੀ ਜੇਲ੍ਹ ਵਿੱਚ। ਆਪਾਂ ਨਾਭੇ ਜੇਲ੍ਹ ਵਿੱਚ ਰਾਬਤਾ ਕਰਕੇ ਉੱਥੇ ਫੋਨ ਵੀ ਰਿਕਵਰ ਕਰਾ ਲਿਆ ਹੈਗਾ। ਉਹਦੇ ਸੰਬੰਧੀ ਵੱਖਰੇ ਤੌਰ 'ਤੇ ਮੁਕੱਦਮਾ ਜਿਹੜਾ ਹੈਗਾ ਸਦਰ ਨਾਭੇ ਦਰਜ ਕੀਤਾ ਗਿਆ। ਜਿਹੜਾ ਪ੍ਰਦੀਪ ਹੈਗਾ ਇਹਦੇ 'ਤੇ 1814 ਦਾ ਇੱਕ ਪਰਚਾ ਹੈਗਾ ਇਸ ਤੋਂ ਪਹਿਲਾਂ ਔਰ ਜਿਹੜੇ ਤੇਗਵੀਰ ਅਤੇ ਅੰਮ੍ਰਿਤਪਾਲ ਹੈਗੇ ਇਹਨਾਂ 'ਤੇ 302 ਦਾ ਪਰਚਾ ਸੀਗਾ ਇਹ ਕੇਸਵਾਰ ਹੈਗੇ ਨੇ ਔਰ ਇਹ ਹੁਣੇ ਹੀ ਬੇਲ 'ਤੇ ਕੁਝ ਦਿਨ ਪਹਿਲਾਂ ਹੀ ਬਾਹਰ ਆਏ ਸੀਗੇ। ਜੇਲ੍ਹ ਵਿੱਚ ਇਹਨਾਂ ਦਾ ਰਾਬਤਾ ਅਮਨੇ ਦੇ ਨਾਲ ਹੋਇਆ ਸੀਗਾ ਜਿਸ ਤੋਂ ਬਾਅਦ ਜਦੋਂ ਬੇਲ ਦੇ ਬਾਹਰ ਆਏ ਤਾਂ ਇਹਨਾਂ ਨੇ ਅਮਨ ਦੇ ਨਾਲ ਰਾਬਤਾ ਕਰਕੇ ਕਿ ਵੀ ਕੋਈ ਕੰਮ ਸਾਨੂੰ ਦੱਸ ਅਤੇ ਉਹਨੇ ਫਿਰ ਜਿਹੜੀ ਹੈਗੀ ਫਿਰੌਤੀ ਦਾ ਕੰਮ ਰੱਖੀ ਦਾ ਕੰਮ ਇਹਨਾਂ ਨੂੰ ਦਿੱਤਾ ਸੀਗਾ। ਸਰ ਕਿੰਨੀ ਫਿਰੌਤੀ ਦਿੱਤੀ ਸੀ? 10 ਲੱਖ ਰੁਪਏ ਦੀ ਫਿਰੌਤੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਬੰਦੇ ਕੋਲ। ਮੀਡੀਆ ਦੇ ਵਿੱਚ ਜ਼ਿਕਰ ਚੱਲਦਾ ਹੈ ਜੀ ਇਹਨਾਂ ਦਾ ਕੁਲਵੀਰ ਗਦਵਾਨੇ ਨਾਲ ਵੀ ਕੋਈ ਸੰਬੰਧ ਹੈ ਜਿਹਦੇ ਪਰਿਵਾਰ ਤੋਂ ਲੰਬੀ ਗਈ ਸੀ, ਕੀ ਹੈ ਇਹ ਜੀ ਗੱਲ? ਨਹੀਂ, ਇਹੋ ਜੀ ਗੱਲ ਹਜੇ ਕੋਈ ਸਾਹਮਣੇ ਨਹੀਂ ਆਈ ਹੈ। ਪਿੰਡ ਨਰਵਾਣੇ ਦੇ ਰਹਿਣ ਵਾਲਾ ਜਿਹੜਾ ਹੈਗਾ ਸਾਡਾ ਕੰਪਲੇਨੈਂਟ, ਬਾਕੀ ਅੱਗੇ ਜਿਹੜੀ ਹੈਗੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਸਾਡੀ। ਜਿਹੜਾ ਅਮਨਾ ਹੈਗਾ ਕੁਝ ਇੱਕ ਚਿਰ ਇੱਥੇ ਪਿੰਡ ਨਰਵਾਣੇ ਰਹਿ ਕੇ ਵੀ ਗਿਆ ਹੋਇਆ, ਉਹਨੂੰ ਪਿੰਡ ਦੇ ਬਾਰੇ ਪਤਾ ਹੈਗਾ ਕਿਹੜਾ ਬੰਦਾ ਕਿਹੜੇ ਪਾਸੇ ਜਿਹੜਾ ਓਰੀਐਂਟਡ ਹੈਗਾ। ਅਤੇ ਬਾਕੀ ਹੁਣ ਅਮਨੇ ਨੂੰ ਲੈ ਕਰਕੇ ਸਾਡੀ ਟੀਮ ਇੱਥੇ ਆ ਰਹੀ ਕਿ ਉਹਨੂੰ ਪੇਸ਼ ਕਰਾ ਕਰਕੇ ਅਦਾਲਤ 'ਚ ਆਪਾਂ ਉਹਦਾ ਰਿਮਾਂਡ ਲੈ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਔਰ ਜਿਹੜੇ ਤੇਗਵੀਰ ਅਤੇ ਅੰਮ੍ਰਿਤਪਾਲ ਹੈਗਾ ਇਹਨਾਂ ਨੂੰ ਵੀ ਅੱਜ ਪੇਸ਼ ਕਰਾ ਕਰਕੇ ਇਹਨਾਂ ਦਾ ਰਿਮਾਂਡ ਲਿਆ ਹੈਗਾ, ਇਹਨਾਂ ਦੇ ਕੋਲੋਂ ਵੀ ਫਰਦਰ ਜਿਹੜੀ ਪੁੱਛਗਿੱਛ ਹੈਗੀ ਉਹ ਕੀਤੀ ਜਾਵੇ। ਰਿਮਾਂਡ ਲੈ ਲੈਣਾ ਇਹਨਾਂ ਦੋਨਾਂ ਦਾ ਰਿਮਾਂਡ ਲੈ ਲਿਆ ਹੈਗਾ। ਅਮਨਾ ਜਿਹੜਾ ਹੈਗਾ ਉਹ ਔਨ ਦਾ ਵੇ ਹੈਗਾ, ਉਹਨੂੰ ਪੇਸ਼ ਕਰਾ ਕਰਕੇ ਫਿਰ ਆਪਾਂ ਰਿਮਾਂਡ ਲਵਾਂਗੇ। ਕਿੰਨੇ ਦਿਨ ਦਾ ਰਿਮਾਂਡ ਮਿਲਿਆ ਸਾਰੇ ਇਹੀ ਕੰਮ ਕਰਦੇ ਸੀ ਲੁੱਟਾਂ ਆਪਣੇ ਦੂਜਾ ਹੋਰ ਵੀ ਕੰਮ ਕਰਦੇ ਸੀ? ਨਹੀਂ, ਇਹ ਦੇਖੋ ਦੋ ਬੰਦੇ ਤਾਂ ਕੋਈ ਕੰਮ ਨਹੀਂ ਕਰਦੇ ਹੈਗੇ ਨੇ, ਜਿਹੜਾ ਪ੍ਰਦੀਪ ਹੈਗਾ ਨਰਵਾਣੇ ਦਾ ਰਹਿਣ ਵਾਲਾ ਅਤੇ ਜਿਹੜਾ ਤੇਗਵੀਰ ਹੈਗਾ, ਜਿਹੜਾ ਅੰਮ੍ਰਿਤਪਾਲ ਹੈਗਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈਗਾ।
बाकी 302 ਦੇ ਕੇਸ ਵਿੱਚ ਜੇਲ੍ਹ ਵਿੱਚ ਸੀਗੇ ਕੁਝ ਇੱਕ ਚਿਰ ਪਹਿਲਾਂ ਹੀ ਜਿਹੜਾ ਹੈਗਾ ਹੈ ਬੇਲ ਤੇ ਬਾਹਰ ਆਏ ਸੀਗੇ ਸਰ ਜਿਸ ਤਰ੍ਹਾਂ ਇਹਨਾਂ ਨੇ ਵੀਡੀਓਜ਼ ਬਣਾ ਕੇ ਤੋਂ ਭੇਜੀ